اللهم صل على محمد وآل محمد. اللهم كن لوليك الحجة ابن الحسن عليه السلام صلواتك عليه وعلى آبائه في هذه الساعة وفي كل ساعة وليا وحافظا وقائدا وناصرا ودليلا وعينا حتى تسكنه أرزقا طوعا وتمتعه فيها يا رب محمد وآل محمد وعجل فرجهم بين بغداد دهاكم وعيد كيتي روبي اللہ دیاں بیان دے پر میں پیانا میں ہوں کہتی دا ہائے او واقعہ پر جے تنگ زندہ نہ ڈایا چکو 14 سال ہائے او قید دے وچ وہ آسمان نظر نہیں تے جدی پنجی رجب دے وقت صبح تے ہارون اعلان کرایا او کوئی قیدی مر گیا او زندان دے وچ جانا کوئی وارث نہیں میں کہنا میں ہوں قیدی دا میرا ستواں امام زندگی دا قیدی امام جنہیں اپنی زندگی دے 37 سال قید گزارے وقت وقت نال میرے امام دی آخری قید 14 سال شیو سنیو جتھے میرے امام نے حال تے رکوج نمازاں دا اسے پاک امام دی شہادت دا واسطہ جس شیو اگر علی یوم علی اللہ پڑھ جو نماز غافل نہ ہے اتنی بڑی عبادت نے میرے امام حال تیرے کوچ نمازاں دا کر دے میرے امام دی کوئی نماز کر دا اللہ جان دے نانے دے روزے دے میرے امام قرآن بٹھا پتا مسلمانان زیور پوائے حد کریاں بیڑیاں توک لے کے میرے امام آئے ایک سال بسا رکھے جدو اس کمینے نو بغاوت دی بوہائی میرے امام بے بغداد دے قید حال سید بغداد دے قید حال اللہ جان لے او قید حال نے علماء لکھے خون نمائی جتھے لوئے دیا میکھا لگ دیا میرے امام سجے مردائی سجے دیا میکھا پاسے چوک دیا شیو سنیو کھپے میرے امام مردائی میکھا پاسے چوک دیا میرے امام زندان اس کمی نے کئی حربے استعمال کی تھے حربے استعمال کر درے اس کمی نے 17 شیر منگوائے میرے امام تو پیغام بے جس مولا میں چند شیر منگوائے انہوں دیکھ کے دسو سائی اینا کی چنگی نسل لگ اللہ جان دا ایک کھلی جگہ شیرہ دے پنجرے رکھے میرے امام نے زندان جو لے کے آگے خود کمی نے چھتا دے آگے اینا دائرہ دائے آئی ایک جنگلی جانوار نے اینا نو کیا پتا امام دا شیو سنیوں اینا دائرہ دائے آئی جنگلی جانوار میرے امام تے حملہ کرن دے اینا دروازے کھولے دے شیر بکھیاں دوڑ دے جلدی نال امام دے قریب آکے میرے امام دے قدمہ تے سر مار اپنی بے زبانی چانن مولا نہیں سنجاتا نانے دی امت
ਮਾਲਾ ਸੀਤਾ ਤੇਰੇ ਨਾਲ ਮੇਰੇ ਮਾਨ ਸਿਆਂ ਨੂੰ ਪਿਆਰ ਕਰਨਾ ਸ਼ੁਰੂ ਸ਼ੇਰ ਆਪਣੇ ਆਪਣੇ ਸ਼ਿਕਾਇਤਾਂ ਲਾਣੀਆਂ ਸ਼ੁਰੂ ਕੀਤੀ ਇੱਕ ਵੱਡਾ ਸ਼ੇਰ ਆਂਦੇ ਮੌਲਾ ਮੇਰੀ ਉਮਰ ਜ਼ਿਆਦਾ ਹੈ ਜਿੰਨਾ ਖਾਣਾ ਆਂਦਾ ਇਹ ਛੋਟੇ ਨੇ ਜਵਾਨ ਨੇ ਖਾਵੇਂਦੇ ਮੈਨੂੰ ਮਿਲਦਾ ਮੇਰੇ ਇਮਾਮ ਬਾਕੀ ਸ਼ੇਰਾਂ ਤੋਂ ਮਹਾਤਬ ਹੋ ਕੇ ਫਰਮਾਉਂਦੇ ਖਬਰਦਾਰ ਮੈਨੂੰ ਕੈਦੀ ਸਮਝਿਆ ਮੈਂ ਉਸ ਦੀ ਰਜ਼ਾ ਰੱਖਿਆ ਮੇਰੇ ਇਮਾਮ ਸ਼ੇਰਾਂ ਤੋਂ ਮਹਾਤਬ ਹੋ ਕੇ ਫਰਮਾਉਂਦੇ ਚੰਦ ਦਿਨਾਂ ਬਾਅਦ ਤੁਹਾਨੂੰ ਰਿਹਾਈ ਮਿਲ ਬਸ ਤੁਸੀਂ ਜੰਗਲ ਨੂੰ ਤੁਰ ਬਸ ਇੱਕ ਛੋਟੇ ਸਨ ਦੇ ਸ਼ੇਰ ਤੋਂ ਮਹਾਤਬ ਹੋ ਕੇ ਮੇਰੇ ਇਮਾਮ ਫਰਮਾਉਂਦੇ ਤੂੰ ਇਹਨਾਂ ਦੇ ਨਾਲ ਨਹੀਂ ਮੰਨ ਆਂਦਾ ਮੌਲਾ ਮੇਰੇ ਵਾਸਤੇ ਕਿਹੜਾ ਹੁਕਮ ਹੈ ਮੇਰਾ ਇਮਾਮ ਫਰਮਾਉਂਦੇ ਤੂੰ ਕੁੰਮ ਦੀਆਂ ਪਹਾੜੀਆਂ ਕਿਵੇਂ ਇੱਕ ਕਮੀਨਾ ਇਸ ਹਰ ਵਿੱਚ ਨਾਕਾਮ ਹੋਇਆ ਇੱਕ ਫਾਸ਼ਾ ਔਰਤ ਬੁਲਾਈ ਆਂਦਾ ਜਲਦੀ ਕਰ ਜ਼ਿੰਦਾਨ ਜਾ ਕੇ ਮੇਰੇ ਇਮਾਮ ਦੇ ਇਲਜ਼ਾਮ ਲਾ ਫਾਸ਼ਾ ਔਰਤ ਟੁੱਟ ਪਈ ਸ਼ੀਓ ਸੁਣਿਓ ਜ਼ਿੰਦਾਨ ਦੇ ਦਰਵਾਜ਼ੇ ਤੇ ਆ ਜ਼ਿੰਦਾਨ ਦੇਖੀ ਕਿਆ ਦੇਖਿਆ ਇੱਕ ਸਫੇਦ ਚਾਦਰ ਹੈ ਜਿਹੜੀ ਕਦੇ ਕਦੇ ਹਵਾ ਨਾਲ ਹਿਲਵੇ ਅੱਲਾ ਜਾਣ ਦਿਆ ਵਾਪਸ ਤੁਰ ਪਈ ਇਹਨਾਂ ਤੂੰ ਮਹਾਤਬ ਹੋ ਕੇ ਅੱਗੇ ਕਮੀ ਨੇ ਮੇਰੇ ਨਾਲ ਝੂਠ ਬੋਲਿਆ ਜ਼ਿੰਦਾਨ ਵਿੱਚ ਕੋਈ ਕੈਦੀ ਨਹੀਂ ਕਦੇ ਕਦੇ ਹਵਾ ਨਾਲ ਚਾਦਰ ਹਿਲਵੈਂਦੀ ਹੈ ਕਮੀ ਨਾ ਆਉਂਦਾ ਉਹ ਚਾਦਰ ਹੀ ਜਿਹੜਾ ਮਾਂ ਮੂਸਾ ਕਾ ਦੁਬਾਰਾ ਆਈ ਆ ਕੇ ਦਰਵਾਜ਼ੇ ਤੇ ਰੁਕ ਗਈ ਮੇਰੇ ਮਾਂ ਇਸ ਦਾ ਨਾਮ ਲੈ ਕੇ ਇਸ ਤੂੰ ਮਹਾਤਬ ਹੋ ਕੇ ਆਖਿਆ ਆ ਗਈ ਹੱਥ ਜੁੜ ਕੇ ਮੌਲਾ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਮੇਰੇ ਮਾਂ ਫਰਮਾਨੇ ਤੇਰੇ ਜਾਣਨਾ ਤੇਰੇ ਪਿਓ ਦਾ ਜਾਣਨਾ ਤੇਰੇ ਬਾਬੇ ਦਾ ਜਾਣਨਾ ਦਾਦੇ ਮੌਲਾ ਦੱਸੋ ਸਹੀ ਕੌਣ ਮੇਰੇ ਮਾਂ ਫਰਮਾਨੇ ਮੈਂ ਕੁਛ ਸੁਝਾਣ ਦਰਾ ਸੋਚ ਕੇ ਅਲਜ਼ਾਮ ਲਾਵੇ ਮੇਰੀਆਂ 18 ਦੀਆਂ ਨੇ ਅੱਲਾ ਜਾਣ ਦੇ ਹੱਥ ਜੁੜ ਕੇ ਮੌਲਾ ਦੱਸੋ ਤੇ ਸਹੀ ਕੌਣ ਮੇਰੇ ਮਾਂ ਫਰਮਾਨੇ ਤੇਰਾ ਵਕਤ ਦਾ ਇਮਾਮ ਹਾਂਜੀ ਮੌਲਾ ਜਿਹੜਾ ਇਰਾਦਾ ਲੈ ਕੇ ਆਈਆਂ ਮੈਨੂੰ ਮਾਫ਼ ਕਰੋ ਪਿਛਲੇ ਗੁਨਾਹਾਂ ਦੀ ਅੱਲਾ ਕੋਲੋਂ ਮਾਫ਼ੀ ਲੈ ਦੋ ਆਇੰਦਾ ਗੁਨਾਹ ਨਾ ਕਰ ਮੇਰਾ ਇਮਾਮ ਫਰਮਾਨੇ ਪਿਛਲੇ ਗੁਨਾਹ ਤੇ ਅੱਲਾ ਮਾਫ਼ ਕੀਤੇ ਅਗਰ ਅੱਗੋਂ ਤੈਨੂੰ ਇਜਾਜ਼ਤ ਨਹੀਂ ਮਿਲੀ ਮੌਲਾ ਕਿਵੇਂ ਮੇਰਾ ਇਮਾਮ ਫਰਮਾਨੇ ਤੂੰ ਮੇਰੀ ਮੁਹੱਬਤ ਦਾ ਇਕਰਾਰ ਕਰਨਾ ਹੈ ਦਰਬਾਰ ਵਿੱਚ ਮੈਂ ਤੈਨੂੰ ਕਤਲ ਕਰੇ ਵਾਪਸ ਵਲੀ ਕਤਲ ਹੋ ਗਈ ਕਮੀਨਾ ਇਲਜ਼ਾਮ ਲਾਉਂਦਾ ਰਿਹਾ ਕੋਸ਼ਿਸ਼ ਕਰਦਾ ਰਿਹਾ ਇੱਕ ਕਮੀ ਨੇ ਆਹਰੀ ਹੱਥ ਦਾ ਇਸਤੇਮਾਲ ਕੀਤਾ ਜ਼ਹਿਰ ਮੰਗਵਾਈ ਦਰੋਗਾ ਜ਼ਿੰਦਾਨ ਮੇਰੇ ਮਾਂ ਦੇ ਕੋਲ ਦਰੋਗਾ ਜ਼ਿੰਦਾਨ ਜ਼ਹਿਰ ਦਿੱਤੀ ਸੀ ਜਾਫਰੀ ਸਾਹਿਬ ਪੜ੍ਹਦੇ ਹਨ ਤਿੰਨ ਦਿਨ ਮੇਰਾ ਇਮਾਮ ਤੜਪਦੇ ਜ਼ਰਾ ਸੋਚ ਕੇ ਦੱਸੋ ਮੇਰਾ ਇਮਾਮ ਹਾਲ ਦੇ ਰਕੂ ਵਿੱਚ ਨਮਾਜ਼ ਪੜ੍ਹਦਾ ਰਿਹਾ ਤੜਪਦਾ ਕਿਵੇਂ ਨੇ ਅੱਲਾ ਜਾਣਦੇ ਸੱਜੇ ਦੀਆਂ ਵੀ ਅੱਖਾਂ ਖੱਬੇ ਖੁੱਬਦੀਆਂ ਹਨ ਖੱਬੇ ਦੀਆਂ ਮੇਰੇ ਇਮਾਮ ਹਾਲ ਦੇ ਰਕੂ ਸੈਦ ਜ਼ਹਿਰ ਮਿਲੀ ਹੋਈ ਹੈ ਤੜਪਣਾ ਸ਼ੁਰੂ ਮੇਰੇ ਇਮਾਮ ਦਰੋਗਾ ਤੂੰ ਮਹੱਤਵ ਹੋ ਕੇ ਫਰਮਾ ਦੇ ਦਰੋਗਾ ਮੇਰੀਆਂ ਹਥਕੜੀਆਂ ਲਹਾ ਮੇਰੀਆਂ ਬੇੜੀਆਂ ਲਹਾ ਇਹ ਆਂਦਾ ਕੈਦੀ ਹਥਕੜੀਆਂ ਲਹਾ ਕੇ ਕਿੱਥੇ ਵਹਿਣ ਮੇਰੇ ਇਮਾਮ ਫਰਮਾਉਂਦੇ ਵਤਨ ਵਹਿਣ ਦਰੋਗਾ ਆਂਦਾ ਕੈਦੀ ਤੇਰਾ ਇੱਕ ਵਤਨ ਹੈ ਮੇਰੇ ਇਮਾਮ ਫਰਮਾਉਂਦੇ ਮੇਰਾ ਸੋਹਣਾ ਵਤਨ ਮਦੀਨਾ ਦਰੋਗਾ ਆਂਦਾ ਵਤਨ ਜਾ ਕੇ ਕੀ ਕਰਨਾ ਹੈ ਮੇਰੇ ਇਮਾਮ ਫਰਮਾਉਂਦੇ ਧੀਆਂ ਨੂੰ ਮਿਲਣਾ ਵਾ ਪੁੱਤਰਾਂ ਨੂੰ ਮਿਲਣਾ ਧੀਆਂ ਤੇ ਪੁੱਤਰਾਂ ਦਾ ਨਾਮ ਆਉਣਾ ਹੈ ਦਰੋਗਾ ਤੜਪ ਗਿਆ ਆਂਦਾ ਮੌਲਾ ਤੇਰਾ ਹੀ ਤੇਰੀਆਂ ਧੀਆਂ ਨੇ ਤੇਰੇ ਵੀ ਪੁੱਤਰ ਮੇਰੇ ਇਮਾਮ ਫਰਮਾਉਂਦੇ ਮੇਰੀਆਂ 18 ਧੀਆਂ ਨੇ 19 ਪੁੱਤਰ ਦਰੋਗਾ ਆਂਦਾ 18 ਧੀਆਂ ਨੇ 19 ਪੁੱਤਰ ਨੇ ਮਿਲਣ ਕਿਉਂ ਨਹੀਂ ਆਏ ਮੇਰੇ ਇਮਾਮ ਫਰਮਾਨੇ ਕਰੂ ਨਾ ਤੁਰੇ ਨਾ ਮੇਰੇ ਤੱਕ ਪਹੁੰਚੇ ਨਾ ਵਾਪਸ ਗਏ ਨੇ ਮੇਰੇ ਪੁੱਤਰਾਂ ਤੇ ਦੀਵਾਰਾਂ ਬਣ ਗਏ ਅੰਨਾ ਪੁੱਤਰ ਨਹੀਂ ਆ ਸਕਦੀਆਂ ਤੇ ਨਹੀਂ ਆ ਮੇਰੇ ਇਮਾਮ ਫਰਮਾਨੇ ਮੇਰੀਆਂ ਧੀਆਂ ਵੱਡੀਆਂ ਪਰਦਾਦਾਰ ਨੇ ਕਦੇ ਚਿੱਟੇ ਨਹੀਂ ਨਾਨੇ ਦੀ ਜ਼ਰੀ ਤੇ ਨਹੀਂ ਅੰਨਾ ਆਇਆ ਨਹੀਂ ਉਹ ਹਾਥੀ ਕੋਈ ਨਹੀਂ ਮਿਲਿਆ ਪੈਗਾਮ ਹੀ ਕੋਈ ਨਹੀਂ ਮਿਲਿਆ ਮੇਰੇ ਇਮਾਮ ਫਰਮਾਨੇ ਬੜੇ ਪੈਗਾਮ ਭੇਜੇ ਨੇ ਆਂਦਾ ਮੈਨੂੰ ਦੀਆਂ ਦੇ ਪੈਗਾਮ ਸੁਣਾ ਮੇਰੇ ਇਮਾਮ ਫਰਮਾਨੇ ਬੇ ਪਾਸੇ ਮੂੰਹ ਕਰ ਸੈਯਦ ਦੀ ਕੂਕ ਨਿਕਲ ਗਈ ਹੈ ਮੇਰੇ ਇਮਾਮ ਰੋ ਕੇ ਫਰਮਾਨੇ ਪੈ ਨੇ ਦੀਆਂ ਲਿਖਦੀਆਂ ਪਈਆਂ ਨੇ ਕਿਹੜੇ ਜੁਰਮ ਦੇ ਵਿੱਚ ਤੁਸੀਂ ਕੈਦ ਹੋ ਬਾਬਾ ਤੇ ਤੁਹਾਡੀ ਕਿਉਂ ਸੰਗੀਨ ਸਜ਼ਾਏ ਅਸਾਂ ਸੁਣਿਆ ਏ ਮੈਨੂੰ ਆਪਣਾ ਕੈਦੀ ਸਮਝਿਆ
ਮੈਂ ਤੇ ਉਸੇ ਦਾ ਨਾਮ ਨਾ ਕਹਿ ਦਿਆ ਅੱਲਾ ਜਾਣਦਾ ਮੇਰੇ ਇਮਾਮ ਨਾਲ ਤਕਬੀਰ ਬੁਲੰਦ ਕੀਤਾ ਤੇ ਕੜੀਆਂ ਟੁੱਟੀਆਂ ਮੇਰੇ ਇਮਾਮ ਮੁਜ਼ਾ ਇਮਾਮਤ ਨਾਲ ਗਾਰਾ ਜਿਵੇਂ ਦੀਆਂ ਸੁੱਤੀਆਂ ਪਈਆਂ ਨੇ ਮੇਰੇ ਇਮਾਮ ਇੱਕ ਇੱਕ ਦੀ ਦੀ ਪਛਾਣੀ ਚੁਣਾ ਸ਼ੁਰੂ ਕੀਤੀ ਜਨਾਬੇ ਰਜ਼ਾ ਦੀ ਪਾਕ ਅੰਮਾ ਦੀ ਅੱਖ ਖੁੱਲ ਗਈ ਮੇਰੀ ਸੈਣ ਫਰਮਾਨੇ ਕੌਣ ਅੱਜ ਰਾਤ ਲੈ ਤੈਨੂੰ ਨਹੀਂ ਪਤਾ ਇਮਾਮ ਮੂਸਾ ਦਾ ਕਾਜ਼ਮ ਨਗਰ ਮੇਰੇ ਇਮਾਮ ਫਰਮਾਨੇ ਕਹਿੰਦੀ ਜੁਰਤ ਹੈ ਜੋ ਅੱਜ ਰਾਤ ਲੈ ਤੇ ਤੇਰੇ ਘਰ ਆਵੇ ਮੈਂ ਕੁਸਨਾਨ 14 ਸਾਲ ਦਾ ਕੈਦੀ ਆਇਆ ਖੜੋ ਜਦ ਪਤਾ ਚੱਲਾ ਉਸ ਮੇਰਾ ਸਰਦਾਰ ਹੈ ਅੱਲਾ ਜਾਣਦਾ ਹੈ ਜਦ ਮੇਰੀ ਸੈਣ ਨੂੰ ਪਤਾ ਚੱਲਾ ਮੇਰਾ ਸਰਦਾਰ ਹੈ ਮੇਰੀ ਸੈਣ ਜਾਈ ਜਿਵੇਂ ਜਿੱਕ ਨੂੰ ਪਾਣੀਆਂ ਇੱਕ ਇੱਕ ਦੀਨ ਉਠਾਉਣਾ ਸ਼ੁਰੂ ਕੀਤਾ ਮੇਰੇ ਇਮਾਮ ਮੇਰੀ ਸ਼ਹਿਰ ਫਰਮਾਨੀ ਜਾਗੋ ਬਾਬਾ ਮਿਲਣ ਆਇਆ ਬਾਬੇ ਦੀਆਂ ਕੈਦਾਂ ਛੁੱਟ ਗਈਆਂ ਨੇ ਦੀਆਂ ਉੱਠੀ ਬੈਠੀਆਂ ਨੇ ਹਰ ਦੀ ਮਿਲਣਾ ਸ਼ੁਰੂ ਕੀਤਾ ਮਸੂਮਾ ਇੱਕ ਮਦੂਰ ਖੜੇ ਮੇਰੇ ਇਮਾਮ ਫਰਮਾਨੀ ਫਾਤਿਮਾ ਜੀ ਬਾਬਾ ਹਰ ਦੀ ਜੋ ਮਿਲਦੀ ਪਈ ਹੈ ਤੂੰ ਕਰੀਬ ਕਿਉਂ ਨਹੀਂ ਆਈ ਅੱਲਾ ਜਾਣਦੇ ਮੇਰੀ ਸੈਣ ਦੇ ਹੱਥ ਜੁੜ ਗਏ ਬਾਬਾ ਇੱਕ ਸਵਾਲ ਪੁੱਛਣਾ ਚਾਹੀ ਹਾਂ ਫਾਤਿਮਾ ਪੁੱਛ ਮੇਰੀ ਸੈਣ ਫਰਮਾਨੀ ਬਾਬਾ ਪੁੱਛਣਾ ਇਹੋ ਚਾਹੁੰਦੀ ਹਾਂ ਕਿੰਨਾ ਸਾਰੇ ਕੈਦ ਹਨ ਮੇਰੇ ਇਮਾਮ ਫਰਮਾਨੇ 14 ਸਾਲ ਬਾਬਾ ਇਹ 14 ਸਾਲਾਂ ਚ ਇਹਦਾ ਕਿਤਨੀਆਂ ਗੁਜ਼ਰੀਆਂ ਨੇ ਮੇਰੇ ਇਮਾਮ ਫਰਮਾਨੇ 28 ਦਾ ਮੇਰੀ ਸੈਣ ਹੱਥ ਬੰਨ ਕੇ ਫਰਮਾਨੇ ਬਾਬਾ ਤੇਰੀ ਇਮਾਮਾਂ ਦੀ ਕਸਮ ਹੈ ਜਦੋਂ ਈਦ ਦਾ ਦਿਨ ਆਂਦਾ ਹੈ ਮਦੀਨੇ ਦੀਆਂ ਬੱਚੀਆਂ ਸ਼ਾਹਾਨਾ ਲਬਾਸ ਪਾਉਂਦੀਆਂ ਅਸੀਂ ਸਾਰੀਆਂ ਬੈਣਾ ਮਿੱਟੀ ਤੇ ਰਹਿ ਕੇ ਬਗਦਾਦ ਤੋਂ ਮੂੰਹ ਕਰਕੇ ਇਹ ਹੋਇਆ ਨਹੀਂ ਬਾਬਾ ਹੁਣ 28 ਈਦ ਗੁਜ਼ਰ ਗਈ ਆ ਬਾਬਾ ਹੁਣ 27 ਈਦ ਗੁਜ਼ਰ ਅਮਰ ਬਾਈ ਦੀ ਵਾਲ ਦਾ ਬਿਮਾਰ ਹੋਰ ਵੀ ਜੋ ਬਿਮਾਰ ਕਾਮਨਾ ਤਾ ਅੱਲਾ ਜਾਣਦੇ ਮੇਰੇ ਇਮਾਮ ਇੱਕ ਇੱਕ ਦੀਨ ਮਿਲੇ ਪੁੱਤਰਾਂ ਨੂੰ ਮਿਲੇ ਮੇਰੇ ਇਮਾਮ ਮੌਜ਼ਾ ਇਮਾਮਤ ਨਾਲ ਜ਼ਿੰਦਾਨ ਚ ਸੈਯਦ ਦੀ ਰੂਹ ਪਰਵਾਜ਼ ਕਰ ਗਈ ਸੀ ਉਸ ਨੇ ਰੂਹ ਪਰਵਾਜ਼ ਬਣਾਈ ਦਰੋਗੇ ਕਿਹੜਾ ਕੰਮ ਕੀਤਾ ਮੱਕਾ ਦੇ ਹਾਕਮ ਨੂੰ ਤਲਾ ਦਿੱਤੀ ਫਜਰ ਦਾ ਟਾਈਮ ਆਈ ਬਗਦਾਦ ਦੀ ਕਿਹੜੀ ਹਾਲਤ ਹੈ ਨਿਆ ਦੇ ਮੌਲਾ ਬੰਦ ਪੜਨਾ ਚਾਹਦਾ ਮੈਂ ਪਿਆਨਾ ਬਗਦਾਦ ਦੇ ਹਾਕਮ ਹਾਇਓ ਈਦ ਕੀਤੀ ਤੇ ਪੂਰੇ ਸ਼ਹਿਰ ਚ ਜਸ਼ਨ ਮਨਾ ਕੇ ਉਹ ਕੋਈ ਕੈਦੀ ਮਰ ਗਿਆ ਸੋਨਾ ਕਫਨ ਕੀਤਾ ਏ ਸੋਨਾ ਕਫਨ ਪਾਇਆ ਏ ਮੈਂ ਆਂਦਾ ਰਹਿੰਦਾ ਮੌਲਾ ਰਜ਼ਾ